ਜੀ ਇਹਨਾਂ ਬੰਦੇ ਨੇ ਕਰਵਾਈਆਂ ਤੇ ਜੀ ਕਿੰਨਾ ਨੇ ਜੀ ਜਿਹੜਾ ਬੰਦਾ ਆ ਰਿਹਾ ਜੀ ਨਾਲ ਖੜਕ ਲਿਆਇਆ ਹੋਇਆ ਜੀ ਉਹਨੇ ਮੈਨੂੰ ਇਹ ਕਿਹਾ ਤਾ ਜੀ ਕਹਿੰਦਾ ਦੋ ਗੁੱਡੀਆਂ ਮੈਂ ਅੱਠ ਵਾਲੀ ਗੱਡੀ ਤੇ ਆਈ ਹਾਂ ਜੀ ਅੱਠ ਵਾਲੀ ਗੱਡੀ ਤੇ ਆਈ ਹਾਂ ਮੈਂ ਬਰਫੀ ਲਿੱਤੀ ਹੈ 50 ਰੁਪਏ ਦੀ ਜੀ ਬਰਫੀ ਅਸੀਂ ਖਾ ਕੇ ਤਿੰਨੋਂ ਮਾਂ ਬੇਟੀਆਂ ਨੇ ਜੀ ਅਸੀਂ ਬਰਫੀ ਖਾਈ ਹੈ ਮੈਨੂੰ ਜਿਹੜੀ ਛੋਟੀ ਕੁੜੀ ਦਾ ਉਹਦਾ ਮੂੰਹ ਪੋਚ ਕੇ ਜੀ ਗਲ ਬੁੱਚਿਆ ਜੀ ਜਿਹੜੀ ਵੱਡੀ ਕੁੜੀ ਹੈ ਜੀ ਜਿਹੜੀ ਵੱਡੀ ਕੁੜੀ ਹੈ ਜੀ ਉਹ ਵੱਡੀ ਕੁੜੀ ਦਾ ਵੀ ਮੈਨੇ ਗਲ ਪੋਚ ਕੇ ਫਿਰ ਡਿੱਗੀ ਜੀ ਆ ਜਿਹੜਾ ਬੰਦਾ ਜੀ ਇਸ ਬੰਦੇ ਨੇ ਮੈਨੂੰ ਫੋਨ ਕੀਤਾ ਜੀ ਕਹਿੰਦਾ ਤੁਹਾਨੂੰ ਉਹ ਕੰਮ ਕਰਤਾ ਜੀ ਮਖਾਂ ਜੀ ਕਰਤਾ ਕਹਿੰਦਾ ਜੀ ਫਿਰ ਮੈਂ ਸਟੇਸ਼ਨ 'ਤੇ ਆ ਗਈ ਸਟੇਸ਼ਨ 'ਤੇ ਆ ਕੇ ਜੀ ਮੈਂ 7 ਵਾਲੀ ਗੱਡੀ 'ਤੇ ਵਾਪਸ ਗਈ ਹੈ ਜੀ ਜਿਹੜੀ ਰਾਤ ਨੂੰ 7 ਵਾਲੀ ਗੱਡੀ ਜਾਂਦੀ ਜੀ ਇਹ ਫਿਰ ਇਹ ਬੋਲਿਆ ਕਹਿੰਦਾ ਕਿੱਥੇ ਤੂੰ ਮਖਾਂ ਮੈਂ ਸਟੇਸ਼ਨ 'ਤੇ ਆ ਗਈ ਸਨਾਮ ਕਹਿੰਦਾ ਤੂੰ ਮੇਰੇ ਘਰ ਆ ਜਾਓ ਜੀ ਇਹਨੇ ਆਪਦੇ ਘਰ ਬੁਲਾ ਲਈ ਜੀ 3 ਦਿਨ ਮੈਂ ਘਰ ਰਹੀ ਹਾਂ ਜੀ ਇਹਨੇ ਉੱਪਰ ਇਹਨੇ ਖੱਟ 'ਚ ਬਾਰੇ 'ਤੇ ਢਾਹ ਲਿਆ ਇਹਨੇ ਸੁਰਪਾ ਕੀਤਾ ਜੀ ਕੀ ਨਾਮ ਸੁਣਿਆ ਕਿਉਂ ਕਿਹਾ ਤੈਨੂੰ ਮਾਰਨ ਵਾਸਤੇ ਅਜੇ ਨਾਮ ਨਾਮ ਅਜੇ ਅਜੇ ਜੀ ਕਿਉਂ ਕਿਹਾ ਤੈਨੂੰ ਮਾਰਨ ਵਾਸਤੇ ਇਹਨੇ ਕਿਹਾ ਤਾਂ ਜੀ ਕਹਿੰਦਾ ਮੇਰੇ ਨਾਲ ਵਿਆਹ ਕਰਾ ਲਓ ਜੀ ਅੱਜ 15 ਦਿਨ ਹੋ ਗਏ ਜੀ ਇਹਦੇ ਘਰ ਹੀ ਮੇਰਾ ਸਾਰਾ ਆਧਾਰ ਕਾਰਡ ਸਭ ਕੁਛ ਇਸੇ ਦੇ ਘਰ ਹੀ ਪਿਆ ਜੀ ਇਹਦਾ ਪਰਿਵਾਰ ਰੱਜੂ ਥਾ ਜੀ ਵਿਆਹ ਕਰਾਉਣ ਤੋਂ ਜੀ ਜੇ ਮੇਰੇ ਘਰ ਵਾਲੇ ਦੀ ਲੋਥ ਹੋਈ ਹੈ ਜੀ ਮੇਰੇ ਘਰ ਵਾਲੇ ਤੋਂ ਪਹਿਲੇ ਦੀ ਗੱਲ ਹੈ ਜੀ ਦਰਦ ਬਥੇਰਾ ਆਉਂਦਾ ਥਾ ਜੀ ਇਹਨੇ ਮੇਰਾ ਨਿੱਕੀ ਤੋਂ ਕੀਤਾ ਮੇਰੇ ਤੋਂ ਮੈਂ ਨਿੱਕੇ ਨਿੱਕੇ ਪਾਲੇ ਥੇ ਜੀ ਕਿੱਥੇ ਮਰਜ਼ੀ ਸੁਨਾਮ 'ਚ ਪੁੱਛ ਲਿਓ ਜੀ ਮੈਂ ਬੱਚੇ ਨਿੱਕੇ ਨਿੱਕੇ ਪਾਲੇ ਜੇ ਦਿਹਾੜੀ ਮਿਹਨਤ ਕਰਕੇ ਜੀ ਹਾਂਜੀ ਇਹਨੇ ਮੇਰੇ ਨੂੰ ਮੇਰਾ ਕੀ ਕਹਿ ਰਿਹਾ ਕੀ ਨਹੀਂ ਮੈਂ ਇਹਨਾਂ ਦੇ ਘਰ ਹੀ ਰਹਿੰਦੀ ਰਹੀ ਜੀ ਮਿਤੀ 2/5/2019 ਨੂੰ ਸ਼ਾਮ ਨੂੰ ਜਿਹੜਾ ਡੇਰਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਅਲੀ ਸ਼ੇਰ ਨਹਿਰ ਦੇ ਵਿੱਚ ਜਿਹੜੀ ਹੈ ਡੈਡ ਬੋਡੀ ਇੱਕ ਲੜਕੀ ਦੀ ਛੋਟੀ ਬੱਚੀ ਦੀ ਮਿਲੀ ਹੈ ਪਰ ਇਹ ਜਿਹੜੀ ਇਹ ਬੱਚੀ ਦੀ ਲਾਸ਼ ਜਿਹੜੀ ਹੈ ਇਹ ਅਣਪਛਾਤੀ ਸੀ ਇਹਦੀ ਕੋਈ ਸ਼ਨਾਖਤ ਨਹੀਂ ਸੀ ਹੋ ਰਹੀ ਤੁਸੀਂ ਵੱਖ ਵੱਖ ਟੀਮਾਂ ਬਣਾ ਕੇ ਜਾਂ ਪੂਰੇ ਇਲਾਕੇ ਵਿੱਚ ਇਹਦੀ ਸ਼ਨਾਖਤ ਲਈ ਬੱਚੀ ਦੀ ਲਈ ਅਤੇ ਇਸ ਦੇ ਮੌਤ ਦੇ ਕਾਰਨ ਵੀ ਘਟਨਾ ਕਿਸ ਤਰ੍ਹਾਂ ਹੋਈ ਹੈ ਕਿਉਂਕਿ ਬੱਚੀ ਬੜੀ ਮਾਸੂਮ ਸੀ ਤਾਂ ਪੁਲਿਸ ਪਾਰਟੀਆਂ ਅਲੱਗ ਅਲੱਗ ਏਰੀਆ ਦੇ ਵਿੱਚ ਭੇਜੀਆਂ ਔਰ ਦੇ ਨਾਲ ਇੱਕ ਲੜਕੀ ਹੋਰ ਹੈ ਜਿਸ ਨੂੰ ਦੋਨਾਂ ਲੜਕੀਆਂ ਨੂੰ ਉਹਦੀ ਮਾਂ ਵੱਲੋਂ ਮਾਰਕ ਪਾ ਕੇ ਨਹਿਰ 'ਚ ਸੁੱਟਣ ਬਾਰੇ ਜਿਹੜੀ ਹੈ ਗੱਲ ਸਾਹਮਣੇ ਆਈ ਜਿਹੜੀ ਦੂਸਰੀ ਲੜਕੀ ਸੀ ਉਹਦੇ ਬਾਰੇ ਜਦੋਂ ਅਸੀਂ ਪਤਾ ਲਾਇਆ ਤਾਂ ਉਹਦੇ ਬਾਰੇ ਮੈਨੂੰ ਮਾਨਸਾ ਜ਼ਿਲ੍ਹੇ ਦੇ ਬੋਹਾ ਥਾਣੇ ਦੇ ਏਰੀਆ ਵਿੱਚੋਂ ਪਤਾ ਲੱਗਿਆ ਵੀ ਇੱਕ ਡੈੱਡ ਬੋਡੀ ਜਿਹੜੀ ਹੈ 2 ਤਰੀਕ ਨੂੰ ਉੱਥੇ ਵੀ ਮਿਲੀ ਹੈ ਜਿਹੜੀ ਕਿ ਅਣਪਛਾਤੀ ਹੈ ਤਾਂ ਉਹ ਜਿਹੜੀ ਹੈ ਫੋਟੋ ਜਿਹੜੀ ਬੋਹਾ ਤੋਂ ਲਾਸ਼ ਮਿਲੀ ਸੀ ਲੜਕੀ ਦੀ ਜਿਹਦਾ ਨਾਂ ਰੇਖਾ ਹੈ ਜਿਹੜੀ ਸਾਡੇ ਉਹਨੇ ਲਾਸ਼ ਮਿਲੀ ਸੀ ਇਹਦਾ ਨਾਂ ਸੀਮਾ ਹੈ ਤਾਂ ਉਹ ਫੋਟੋ ਜਿਹੜੀ ਹੈ ਪਰਿਵਾਰ ਵਾਲਿਆਂ ਨੂੰ ਦਿਖਾਈ ਵੀ ਉਹਨਾਂ ਨੇ ਆਪਣੀ ਲੜਕੀ ਦੀ ਜਿਹੜੀ ਹੈ ਦੂਸਰੀ ਦੀ ਵੀ ਸ਼ਨਾਖਤ ਕਰ ਲਈ ਕਿ ਇਹ ਵੀ ਲੜਕੀ ਜਿਹੜੀ ਹੈ ਇੱਥੋਂ ਦੀ ਹੈ ਲੜਕੀਆਂ ਦੀ ਮਾਤਾ ਹੈ ਪੂਜਾ ਜਿਹਦੇ ਘਰ ਵਾਲੇ ਦੀ ਕਰੀਬ 1.5-2 ਮਹੀਨੇ ਪਹਿਲਾਂ ਬਿਮਾਰੀ ਨਾਲ ਮੌਤ ਹੋ ਚੁੱਕੀ ਸੀ ਅਤੇ ਇਸ ਦੇ 3 ਲੜਕੀਆਂ ਵੱਡੀ ਲੜਕੀ ਜਿਹੜੀ ਹੈ ਉਹ ਲਗਭਗ 15 ਸਾਲ ਦੇ ਕਰੀਬ ਹੈ ਜਿਹੜੀ ਆਪਣੇ ਮਾਸੀ ਜੀ ਪਾਸ ਰਹਿੰਦੀ ਹੈ ਔਰ ਇੱਕ ਜਿਹੜਾ ਬੇਟਾ ਹੈ ਉਹ ਆਪਣੇ ਦਾਦਾ ਦਾਦੀ ਪਾਸ ਨਾਮ ਹੀ ਰਹਿੰਦਾ ਹੈ ਇਹ ਦੋਨੋਂ ਲੜਕੀਆਂ ਜਿਹੜੀਆਂ ਨੇ ਮਰਨ ਵਾਲੀਆਂ ਅਤੇ ਇਹਨਾਂ ਦੀ ਮਾਂ ਇਹ ਇਕੱਠੇ ਸੁਨਾਮ ਆਪਣੇ ਅਲੱਗ ਰਹਿੰਦੇ ਸੀ ਤਾਂ ਇਹਦੇ ਜਿਹੜੇ ਹੈ ਸੰਬੰਧ ਕਿਸੇ ਅਜੇ ਕੁਮਾਰ ਦੇ ਲੜਕੇ ਨਾਲ ਜਿਹੜਾ ਹੋ ਗਏ ਨੇ ਤਾਂ ਇਸ ਲਈ ਜਿਹੜਾ ਹੈ ਇਹ ਉਹਨਾਂ ਨਾਲ ਸ਼ਾਦੀ ਵਗੈਰਾ ਕਰਨਾ ਚਾਹੁੰਦੀ ਸੀ ਇਸ ਕਰਕੇ ਜਿਹੜਾ ਹੈ ਇਸ ਨੇ ਇਹ ਦੋਨੇ ਲੜਕੀਆਂ ਨੂੰ ਆਪਣੇ ਰਾਹ ਦਾ ਰੋੜਾ ਸਮਝਦੇ ਹੋਏ ਇਹਨਾਂ ਨੂੰ ਮਾਰਕ ਪਾ ਕੇ ਸੁਨਾਮ ਜਿਹੜਾ ਸੁਨਾਮ ਤੋਂ ਟ੍ਰੇਨ ਰਾਹੀਂ ਆ ਕੇ ਲਹਿਰੇ ਜਿਹੜੀ ਨਹਿਰ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਹੈ ਰੇਲਵੇ ਕਰੋਸਿੰਗ ਤੋਂ ਥੋੜ੍ਹਾ ਅੱਗੇ ਉੱਥੇ ਜਿਹੜਾ ਹੈ ਇਹ ਸੁੱਟਿਆ ਜੋ ਦੋਨੇ ਡੈੱਡ ਬੋਡੀਆਂ ਬਰਾਮਦ ਹੋ ਚੁੱਕੀਆਂ ਨੇ ਔਰ ਦੋਨਾਂ ਦਾ ਪੋਸਟਮਾਰਟਮ ਜਿਹੜਾ ਹੈ ਕਰਾਇਆ ਜਾ ਰਿਹਾ ਹੈ ਭੂਸ਼ਣ ਪੂਜਾ ਰਾਣੀ ਪਤਨੀ ਬਾਵਾ ਸਿੰਘ ਅਤੇ ਅਜੇ ਕੁਮਾਰ ਦੇ ਖਿਲਾਫ ਮੁਕੱਦਮਾ 302/34/221 ਤਹਿਤ ਦਰਜ ਕਰ ਲਿਆ ਹੈ ਅਤੇ ਬੜੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੋਸ਼ਣ ਜਿਹੜੀ ਹੈ ਜੋ ਅੱਜ ਸਾਹਮਣੇ ਹੈ ਪੂਜਾ ਦੇਵੀ ਨੂੰ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਿਹਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਵਾਪਸ ਫੇਰ ਲਿਆਂਦਾ ਗਿਆ ਹੈ ਪੁੱਛਗਿੱਛ ਜਾਰੀ ਹੈ ਅਤੇ ਦੂਸਰੇ ਦੋਸ਼ੀ ਦੀ ਗ੍ਰਿਫਤਾਰੀ ਵੀ ਅੱਜ ਤੱਕ ਬਾਕੀ ਹੈ ਇਸ ਦੋਨੋਂ ਹੀ ਕਾਰਨ ਫਿਲਹਾਲ ਸਾਹਮਣੇ ਆ ਰਹੇ ਨੇ ਵੀ ਅੱਧ ਗਰੀਬੀ ਵੀ ਹੈ ਅਤੇ ਜਿਹੜਾ ਹੈ ਨਜਾਇਜ਼ ਸੰਬੰਧਾਂ ਵਾਲੀ ਗੱਲ ਕਿ ਉਹਦੇ ਨਾਲ ਰਹਿਣਾ ਚਾਹੁੰਦੀ ਹੈ ਜਾਂ 2 ਬੱਚੀਆਂ ਜਿਹੜਾ ਹੈ ਉਹ ਨਾਲ ਨਹੀਂ ਰੱਖ ਸਕਦਾ ਜਿਹੜਾ ਇਹਦਾ
ਦੋਸਤ ਹੈ ਜਿਹਦੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਅਜੇ ਤੱਕ ਇਹ ਗੱਲ ਸਾਹਮਣੇ ਆਈ ਬਾਕੀ ਪੁੱਛਗਿੱਛ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜੀ।